ਦਾਖਲਾ ਮਰਵਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ। ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਹਾਲੇ ਕੰਮ ਜਿਹੜੇ ਨਹੀਂ ਸਿਰੇ ਚੜੇ? ਦੋ ਤਿੰਨ ਪਏ ਬਣਨ ਵਾਲੇ ਆ, ਗਲੀਆਂ ਦੋ ਤਿੰਨ ਖਰਾਬ ਆ, ਉਹਨਾਂ ਦਾ ਰਿਪੇਅਰ ਹੋਣੀ ਆ। ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਜਿਹੜਾ ਸਕੂਲ ਹੈਗਾ ਆ ਉਹਨਾਂ ਵਾਸਤੇ ਤੁਹਾਡੀ ਕੀ ਮੰਗ ਆ ਅਤੇ ਸਿਹਤ ਸੇਵਾਵਾਂ ਵਾਸਤੇ ਕੀ ਮੰਗ ਹੈ? ਸਕੂਲ ਵਿੱਚ ਪੜ੍ਹਾਈ ਫ੍ਰੀ ਚਾਹੀਦੀ ਆ, ਸਿਹਤ ਸੇਵਾਵਾਂ ਜ਼ਰੂਰੀ ਚਾਹੀਦੀਆਂ। ਸਰਪੰਚ ਸਾਹਿਬ ਸ਼ਮਸ਼ਾਨ ਘਾਟ ਦਾ ਹਾਲ ਦੱਸੋ ਕੀ ਹੈ? ਸ਼ਮਸ਼ਾਨ ਘਾਟ ਦਾ ਹਾਲ ਠੀਕ ਹੈ, ਤਕਰੀਬਨ ਨਾਲ ਲੈਟਰ ਬਾਥਰੂਮ ਉੱਥੇ ਨਹੀਂ ਮਿਲਿਆ। ਕੋ ਰੁੱਖ ਲਵਾਇਆ ਤੁਸੀਂ ਆਪਣੇ ਪਿੰਡ 'ਚ? ਕਿੰਨੇ ਕੁ ਰੁੱਖ ਲਵਾਇਆ? ਨਹੀਂ ਰੁੱਖ ਰੁੱਖ ਨਹੀਂ, ਕੋਈ ਨਾ ਦੋ ਚਾਰ ਬੂਟੇ ਜਿਹੜੇ ਲੱਗੇ। ਤੁਸੀਂ ਕਿੰਨੇ ਕੁ ਰੁੱਖ ਲਵਾਓਗੇ ਆਪਣੇ ਪਿੰਡ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਕਰਨ ਲਈ? ਜਿਹੜਾ ਮੁਕਾਬਲਾ ਤਜਰਬਾ 10 ਹੀ ਰੁੱਖ ਲਗ ਸਕਦੇ ਜਾ ਕੇ। ਨਹੀਂ ਆਪਾਂ ਰੁੱਖ ਵੱਧ ਤੋਂ ਵੱਧ ਲਾਉਣਾ, ਸੜਕਾਂ ਦੇ ਆਲੇ ਦੁਆਲੇ ਲਾ ਸਕਦੇ, ਜਿਹੜੇ ਪੈਸੇ ਹੁੰਦੇ ਉਹਦੇ ਆਲੇ ਦੁਆਲੇ ਲਾ ਸਕਦੇ। ਉੱਤਰ ਸੜਕਾਂ ਦਾ 400 ਲਾ ਸਕਦੇ ਹਾਂ, ਸੁਵਿਧਾ ਘੱਟ ਦਿੰਦੇ ਮਹੱਤਵਪੂਰਨ। ਹਰ ਇੱਕ ਨਾਗਰਿਕ ਨੂੰ ਪਿੰਡ ਦੇ ਵਿੱਚ ਸ਼ੁੱਧ ਪਾਣੀ ਮਿਲ ਰਿਹਾ ਕਿ ਨਹੀਂ? ਪਾਣੀ ਮਿਲ ਰਿਹਾ ਜੀ। ਪਿੰਡ ਦਾ ਨਿਕਾਸ ਹੈਗਾ ਕਹਿੰਦੇ ਪਿੰਡਾਂ ਕਿਹੜੇ? ਤਕਰੀਬਨ ਬੜਿਆ ਨਿਕਾਸ ਹੈਗਾ, ਇੱਕ ਪਾਸੇ ਨਹੀਂ ਹੈ। ਜਿੱਥੇ ਨਹੀਂ ਹੈਗਾ ਉਹਦਾ ਕੋਈ ਸਰਕਾਰੀ ਅਫਸਰ ਦੇ ਨੌਲੇਜ ਦਿੱਤਾ ਤੁਸੀਂ? ਕੋਈ ਡੀ ਸੀ ਅਮਲੇ ਨੇ ਦੱਸਿਆ ਕਿਸੇ ਨੂੰ? ਉਹਨੇ ਪੂਰੇ ਪੈ ਜੀ, ਪੂਰੇ ਬੰਦ ਹੋ ਗਏ ਆ। ਹੋਰ ਆਪਣੇ ਪਿੰਡ ਦੀਆਂ ਕੋਈ ਸਮੱਸਿਆਵਾਂ ਦੱਸੋ ਜਿਹੜੀਆਂ ਹਾਲ ਤੱਕ ਨਹੀਂ ਹੱਲ ਹੋਈਆਂ। ਸਮੱਸਿਆ ਤਕਰੀਬਨ ਹੱਲ ਹੀ ਆ, ਇੱਕ ਰੋੜੀ ਛੁੱਟਣ ਨੂੰ ਜਗ੍ਹਾ ਨਹੀਂ ਹੱਡੇ ਹੈਗੀ ਮੈਂ ਵੇਖਣਾ। ਨਸ਼ੇ ਬਾਰੇ ਕੀ ਕਹਿਣਾ ਚਾਹੁੰਦੇ? ਨਸ਼ਾ ਸਾਡੇ ਪਿੰਡ ਚੱਲਦਾ ਹਾਲ ਹੈ। ਨਸ਼ੇ ਵਾਸਤੇ ਕੋਈ ਲੋਕਾਂ ਨੂੰ ਪ੍ਰੇਰ ਰਹੇ ਆਪਾਂ ਜਾਂ ਕੁਛ ਜਿਹੜੇ ਕੇਂਦਰ ਸਰਕਾਰ ਨੇ ਖੋਲ੍ਹੇ ਉੱਥੇ ਦਾ ਲਾਇਕ ਆਇਆ ਚਿਨਿਆ? ਇਹਦੇ ਮੈਸੇਜ ਦਿੰਦੇ ਵੀ ਸਰਕਾਰ ਦਾ ਕਰੇ ਵੀ ਉਹਨਾਂ ਬੰਦਿਆਂ ਨੂੰ ਲਿਜਾ ਕੇ ਕੋਈ ਨਸ਼ਾ ਲਗਾਓ ਕਿੱਧਰ ਜਾਣ, ਉਹਨਾਂ ਦਾ ਨਸ਼ਾ ਲਗਾਉਣ, ਉਹਨਾਂ ਦੀ ਨੌ ਪੀੜ੍ਹੀ ਜਾਣ ਵੀ ਬਚ ਬਚ ਗਈ।